ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚੇ ਹੋਏ ਆ ਧਾਲੀਵਾਲ ਡੇਅਰੀ ਫਾਰਮ ਤੇ, ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਬਰਨਾਲਾ। ਗਾਵਾਂ ਤਿੰਨ ਦਿਖਾਵਾਂਗੇ, ਕੰਪਨੀ ਤਿੰਨਾਂ ਦੀ ਅੱਡੋ ਅੱਡਾ। ਇੱਕ HF ਦਿਖਾਵਾਂਗੇ ਟੌਪ ਕੁਆਲਿਟੀ ਦੀ ਤੇ ਇੱਕ ਜਰਸੀ ਦਿਖਾਵਾਂਗੇ, ਐਡੇ ਵੱਡੇ ਕੱਦ ਵਾਲੀ ਜਰਸੀ। ਮੇਰਾ ਖਿਆਲ ਆ ਵੀ ਜੇ ਤੁਸੀਂ 50 ਕੁ ਪਿੰਡਾਂ 'ਚ ਜਾਓਗੇ ਇੱਕ ਅੱਧਾ ਪੀਸ ਮਿਲੂ, ਐਡੇ ਕੱਦ ਕਾਠ 'ਚ ਤੇ ਇੰਨੀ ਲੰਬਾਈ 'ਚ। ਇੱਕ ਨਾਲ ਹੈਗੀ ਆ ਸਾਈ ਹਾਲ ਤੇ ਜਰਸੀ ਦਾ ਕਰੋਸ ਕਵਾਲਟੀ, ਉਹਦੀ ਵੀ ਐਂਡਾ ਉਹ ਹੈਗੀ ਆ ਗੱਬਣਾ, ਤੇ ਇਹ ਦੋਹੇ ਹੈਗੀਆਂ ਨੇ ਸੱਜਣੋ ਤਾਜ਼ੀਆਂ ਸੂਈਆਂ। ਰੇਟ ਵੀ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਧਾਰਾਂ ਵੀ ਦੋਨੇ ਸੂਈਆਂ ਨੇ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਈਏ। ਤੇ ਬਾਕੀ ਆ ਜੋ ਬਾਈ ਨਾਲ ਕਰਾਉਣੇ ਗੱਲਬਾਤ, ਆ ਜਾਓ ਜੀ, ਆ ਜਾ ਗੁਰਪ੍ਰੀਤ। ਤੇ ਹੋਰ ਕਿਵੇਂ? ਕੀ ਹਾਲ ਆ ਬਾਈ ਗੁਰੀ? ਚੜ੍ਹਦੀ ਕਲਾ? ਚੜ੍ਹਦੀ ਕਲਾ। ਫਿੱਟਾ ਕੰਮ ਜਮਾ? ਠੀਕ ਆ ਜੀ। ਕਿਵੇਂ ਚੱਲਦਾ ਕੰਮ? ਵਧੀਆ ਜੀ, ਕੰਮ ਮਾਰੋ ਮਾਰਾ ਹਨਾ। ਹਾਂਜੀ ਹਾਂਜੀ। ਆ ਇਸ ਫਾਰਮ ਤੇ ਜ਼ਿਆਦਾਤਰ ਬਾਹਰ ਦੀ ਗਾਹਕੀ ਹੁੰਦੀ ਆ ਬਾਈ ਹਨਾ? ਹਾਂਜੀ ਹਾਂਜੀ, ਮਹਾਰਾਸ਼ਟਰ ਵਾਲਿਆਂ ਦੀ, ਆ ਯੂਪੀ ਮਹਾਰਾਸ਼ਟਰ MP ਵਾਲੇ ਜਿਹੜੇ ਸੱਜਣ ਦੇਖਦੇ ਨੇ ਉਹ ਵੀ ਬਾਈ ਤੋਂ ਗਾਵਾਂ ਖਰੀਦ ਸਕਦੇ ਨੇ। ਉਹ ਵੀ ਸੰਪਰਕ ਕਰ ਲਿਓ ਬਾਈ ਨਾਲ, ਇਧਰਲੇ ਬੰਦੇ ਕਰ ਲਈ ਸਟਾਰਟ ਆ ਗਾ। ਇਹ ਤੋਂ ਕਰ ਲਓ, ਇਹ ਤੋਂ ਕਰ ਲੈਣ ਸਟਾਰਟ। ਆ ਜਾ ਗਰੀ ਆਂਦੀ, ਆ ਜਾ ਓਏ, ਅਗਲੇ ਬੰਦੇ ਮਾਰ ਦੇ ਪਹਿਲਾਂ ਆਰਡਰ ਤੇ ਨਾੜਾਂ ਨੂੜਾਂ ਦਿਖਾ ਦੇ ਇਸ ਮਾਰ ਕੇ। ਸੂਆ ਕਿਹੜਾ ਇਹਦਾ? ਸੂਆ ਦੂਜਾ ਜੀ। ਸੂਆ ਦੂਜਾ ਤੇ ਸੂਈ ਕਿੰਨੇ ਕੁ ਦਿੰਦੀ ਆ? ਸੂਈ ਨੂੰ ਅੱਜ ਪੰਜਵਾਂ ਸੀਮਾਂ ਦੇਣਾ ਜੀ। ਹੁਣ ਬੌਲੀ ਕਿੰਨੀ ਕਾ? ਬੌਲੀ 15 ਕਿਲੋ ਹੋਈ। 15 ਕਿਲੋ ਬੌਲੀ ਰੈਡੀ ਦੀ ਆ, ਤੇ ਦੁੱਧ ਤੇਰੇ ਤਜਰਬਾ ਕੀ ਕਹਿੰਦਾ ਵੀ ਕਿੰਨਾ ਕੁ ਪਾ ਦੂ? 20 ਬਾਈ ਕਿਲੋ ਖੁੱਲਾ ਹੀ ਦੇ ਦੂ ਜੀ। 20 ਦੇ ਏੜ ਗੇੜ ਪਾ ਦੂ ਤੇ ਹੈਗੀ ਕੱਦ ਬਿੱਡ ਵਾਲੀ ਹਨਾ? ਹਾਂਜੀ, ਕੱਦ ਵਾਲੀ ਆ ਗਈ ਕੱਦ ਕਾਰ ਚ, ਖੋਲ ਕੇ ਤੋੜ ਦੇ ਬਾਈ। ਹਾਂ, ਤੁਹਾਨੂੰ ਬਹੁਤ ਚੰਗਾ ਜੀ, ਨਾੜਾ ਨੂੜਾ ਬਹੁਤ ਆ ਲੇਵੇ ਤੇ ਥਣ ਲੱਗਿਆ ਕੱਲਾ ਕੱਲਾ ਤੇ ਨਾੜਾਂ ਇਹਦੇ ਲੇਵੇ ਤੇ ਗਰੀ ਲਾ ਦੇ ਨੇੜੇ ਜੇ ਕੁਛ ਨਹੀਂ ਕਹਿੰਦੀ ਤੈਨੂੰ, ਐ ਨੇ ਜਿਵੇਂ ਹਰਿਆਣੇ ਵਾਲੀ ਨਾ ਕਿਸੇ 20-25 ਕਿਲੋ ਵਾਲੀ ਮਹਿੰਦੇ ਹੁੰਦੀਆਂ ਨੇ, ਉਹ ਗੱਲਬਾਤ ਆ। ਤੇ ਬਾਕੀ ਤੋਰਾ ਤੂਰਾ ਬੱਛੀ ਦਾ ਹੈਗਾ ਸੱਜਣੋ, ਜਿਵੇਂ ਨੌਕਰੀ ਘੋੜੀ ਦਾ ਹੁੰਦਾ ਉਹ ਗੱਲਬਾਤ ਹੀ ਆ। ਆਰਡਰ ਹੈਗਾ ਬਿਲਕੁਲ ਫਿਕਸ, ਕੋਈ ਟੁੱਟਵਾਂ ਆਰਡਰ ਨਹੀਂ, ਤੇ ਨਾੜਾਂ ਨੂੜਾਂ ਦਾ ਜਿਹੜਾ ਜਾਲ ਆ ਉਹ ਗਵਾਹੀ ਭਰਦਾ ਵੀ ਬਾਕੀ ਜਿਹੜਾ ਇਹ ਪੀਸ ਆ ਦੁੱਧ ਦੇਣ ਵਾਲੀ ਆਈਟਮ ਹੀ ਆ। ਤੇ ਥਣ ਲੱਗਿਆ ਸਿੰਗਲ, ਉੱਥੇ ਮਾਰ ਕੇ ਦਿਖਾ ਦਾਂਗੇ, ਬੱਚਾ ਲਾ ਕੇ ਮਾਰਾਂਗੇ, ਬੱਚਾ ਲਾ ਕੇ ਮਾਰ ਦਾਂਗੇ। ਆ ਜਾ ਕਮਾ, ਹਾਂ ਬੱਚਾ ਲਾ ਕੇ ਮਾਰ ਕਰਦਾ ਹੈਗਾ ਫੁੱਲ ਵੱਡਾ, ਤੇ ਸੁਭਾਅ ਦੀ ਹੈਗੀ ਆ ਬਿਲਕੁਲ ਠੰਡੀ ਤੇ ਲੰਬੀ ਆਏ ਆ, ਜਿਵੇਂ ਆਪਾਂ ਕਹਿ ਦਿੰਦੇ ਰੇਲ ਦਾ ਡੱਬਾ ਹੁੰਦਾ, ਲੰਬਾਈ ਲੰਬੂਈ ਵੀ ਬਹੁਤ ਆ, ਨਸਲ ਕੁਆਲਿਟੀ ਵਾਲੀ ਆ, ਹਰੇਕ ਪੱਖ ਤੋਂ। ਸਰਦੀ ਦਾ ਟਾਈਮ ਆ ਜੀ, 20-22 ਕਿਲੋ ਦੁੱਧ ਦੇਈ ਜਾਣਾ ਨੇ ਗੁਰੇ। ਬਾਕੀ ਇਹਨਾਂ ਦਾ ਹੁਣ ਉਹੀ ਗੱਲ ਆ, ਇਹਨਾਂ ਦਾ ਸਮਾਂ ਵੀ ਆ ਗਾਵਾਂ ਦਾ, ਜਿਹੜੇ ਹਿਸਾਬ ਦੀ ਰੁੱਤ ਆ ਇਹਨਾਂ ਦਾ ਸਮਾਂ ਵੀ ਆ ਗਾਵਾਂ ਦਾ। ਤੇ ਬੱਚਾ ਇਹਨੂੰ ਲਾ ਦੇ, ਧਾਰਾਂ ਇਹਦੀਆਂ ਨਾਲ ਦੀ ਨਾਲ ਦਿਖਾ ਦੇ ਮਾਰ ਕੇ। ਲੈ ਧਾਰਾਂ ਤੁਹਾਨੂੰ ਆਪਾਂ ਜਿਹੜੀਆਂ ਦੋ ਸੂਈਆਂ ਨੇ ਬੱਚੀਆਂ ਦੋਹਾਂ ਦੇ ਮਾਰ ਕੇ ਦਿਖਾ ਦਾਂਗੇ, ਇਤਨੇ ਇਹਦੇ ਤੇ ਮਾਰ ਦੇਗਾ ਜੀ ਇੱਥੋਂ। ਹਾਂ, ਲੰਬਾਈ ਜੀ ਦਿਖਾ ਦੇ ਆ, ਇਹਦੀ ਕੀ ਗੱਲਬਾਤ ਆ ਗੁਰਪ੍ਰੀਤ? ਇਹ ਵੀ ਦੂਜਾ ਸੂਆ ਜੀ, ਇਹ ਵੀ ਦੂਜਾ ਸੂਆ। ਐਡੀ ਲਿਆਇਆ ਕਿੱਥੋਂ ਪਾਲ ਕੇ? ਇਹਨੂੰ ਇੱਥੋਂ ਨੋਕਲ ਹੀ ਲਈ ਆ ਜੀ, ਆਪਣੇ ਰਾਮਪੁਰਾ ਫੂਲ ਕੋਲੋਂ ਲਈ ਆ ਜੀ। ਠੀਕ ਆ। ਉਹ ਜਰਸੀ ਮੇਰਾ ਖਿਆਲ ਆ ਵੀ ਮੈਂ ਸ਼ਾਇਦ ਨਾ ਦੇਖੀ ਹੋਵੇ ਐਡੀ ਲੰਬੀ, ਲੰਬਾਈ ਬਹੁਤ ਲੰਬਾਈ ਵਾਲੀ ਆ। ਹਾਂਜੀ, ਇਹਦਾ ਸੂਆ ਕਿੰਨੇ ਕੁ ਦਿੰਦਾ ਬਾਈ? ਇਹਨੂੰ 5 ਦਿਨਾਂ ਜੀ ਇਹਨੂੰ। ਇਹਦੇ ਥੱਲੇ ਕਿੰਨੀ ਕੁ ਬੌਲੀ ਆ ਹੁਣ? ਇਹ ਥੱਲੇ 15 ਕਿਲੋ ਆ ਜੀ। 15 ਕਿਲੋ? ਹਾਂਜੀ, ਥਣ ਬਹੁਤ ਸੋਹਣਾ, ਥੋੜਾ ਜਿਹਾ ਥਣ ਤਾਂ ਬਣਾਉਂਦੀ ਆ ਟੌਪ ਕੁਆਲਿਟੀ ਦਾ, ਤੇ ਕੱਦ ਬਿੱਡ ਵੀ ਫੁੱਲਾ, ਕੱਦ ਦੀ ਵੀ ਕੋਈ ਕਮੀ ਨਹੀਂ, ਥੋੜਾ ਜਿਹੜਾ ਦਿਖਾਵਾ ਆਰਡਰ ਥੋੜਾ ਸਟਿਚ ਰੱਖਦੀ ਆ, ਫਿਕਸ ਰੱਖਦੀ ਆ ਨਾ ਕੁੱਚਾਂ ਤੋਂ ਤਾਂ। ਹਾਂ ਜੀ, ਹਾਂ, ਦੁੱਧ ਆਪਾਂ 15 ਕਿਲੋ ਚ ਵਾ ਦਾਂਗੇ, 15 ਕਿਲੋ ਦੋ ਟਾਈਮ ਚੋਲਿਓ ਜੀ। ਠੀਕ ਆ ਗੱਲ, ਬਾਈ ਕਹਿੰਦਾ ਡੰਗ ਦੋ ਡੰਗ 15 ਕਿਲੋ, 20 ਕਿਲੋ ਦਊਗੀ ਇਹ ਵੀ ਨੱਟ ਜੀ। ਹਾਂ, ਦੁੱਧ ਬਾਜੂ ਅੱਗੇ ਹਨਾ। ਹਾਂਜੀ, ਆ ਜਾ ਬਾਈ, ਇਹਨੂੰ ਵੀ ਤੋੜ ਦੇ ਖੋਲ ਕੇ, ਜਿੰਨਾ ਚਿਰ ਇਹ ਗਾਂ ਆਉਂਦੀ ਆ ਇਹਦੀਆਂ ਵੀ ਧਾਰਾਂ ਆ ਗਈ। ਆ ਗਈ, ਮਾਰੋ ਧਾਰਾਂ, ਮਾਰੋ, ਮਾਰ ਦੇ ਗਰੀ, ਉਧਰਲੇ ਬੰਨੇ ਨੂੰ ਫੇਰ ਹੀ ਤੋਰਾਂਗੇ ਓਏ, ਪਹਿਲਾਂ ਇਧਰਲੇ ਬੰਨੂ ਕਰਦੇ ਸਿਸਟਮ ਕਲੀਅਰ। ਹਾਂ, ਇੱਥੋਂ ਦਿਖਾ ਦੇ ਮਾਰ ਕੇ, ਨੇੜੇ ਲਾ ਕੇ ਸਮਾਰ ਕੇ। ਤੇ ਬਾਕੀ ਜਿਹੜੀਆਂ ਇਹਦੀਆਂ ਆਰਡਰ ਤੇ ਨਾੜਾਂ ਨੇ ਨਾ, ਨਾੜਾਂ ਦੀ ਗੱਲਬਾਤ ਹੀ ਵੱਖਰੀ ਆ। ਦੁੱਧ ਵਾਲੀ ਪਾਈਪ ਚੈੱਕ ਕਰ ਸਕਦੇ ਹੋ, ਲੈ ਮਾਰ ਦੇ ਬਾਈ ਧਾਰਾਂ। ਤੇ ਚਵਾਈ ਚਵੂਈ ਤਾਂ ਹੈਗਾ ਪੰਪ ਵਾਲਾ ਸਿਸਟਮ ਹੀ ਆ, ਪਿਛਲਿਆਂ ਚੋਂ ਵੀ ਮਾਰ ਦੇ ਬਾਈ, ਚਵਾਈ ਚਵੂਈ ਦੇ ਨਹੀਂ ਹੈਗੀ, ਤੁਹਾਨੂੰ ਹੱਥ ਲਾਉਣ ਦੀ ਲੋੜ ਬਿਲਕੁਲ।
ਇਹਦੇ ਪੈਸੇ ਦੱਸ ਦੇ ਹੁਣ ਗੁਰਪ੍ਰੀਤ, ਪੈਸੇ ਕਿੰਨੇ ਲਵਾਂਗੇ? ਛੱਡ ਦੇ ਬਾਈ, 60,000 ਰੁਪਇਆ ਲੈ ਲਾਂਗੇ ਜੀ ਇਹਦਾ, ਲੈ ਲਾਂਗੇ 60। ਮੰਗਣ ਨੂੰ ਤਾਂ ਵੇ ਕਹਿੰਦਾ 70 ਮੰਗ ਲਾ ਜੀ। ਠੀਕ ਆ ਗੱਲ, ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ 60,000 ਦੀ ਕੱਦ ਵੱਡਾ ਹੈਗਾ, ਫੁੱਲ ਵੱਡਾ ਤੇ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ, ਤੇ ਮੇਨ ਗੱਲ ਹੁੰਦੀ ਆ ਜਾਨਵਰ ਦੇ ਥੱਲੇ ਦੀ ਕੁਆਲਿਟੀ ਦੀ, ਕਿਉਂਕਿ ਜਿਹੜਾ ਆਡਰ ਇਹ ਸਟਿਚ ਆਡਰ ਆ ਗਿਆ, ਫਿਕਸ ਆਡਰ ਆ ਗਿਆ, ਜਿਹੜੀ ਮਸਟੈਟਸ ਦੀ ਪ੍ਰੋਬਲਮ ਆ ਉਹ ਸੱਜਣੋ ਨਾ ਮਾਤਰ ਦੇ ਕਰੀਬ ਹੀ ਹੁੰਦੀ ਆ, ਤੇ ਬਾਕੀ ਥਾਣੇ ਇੱਥੇ ਤੋਂ ਚੈੱਕ ਕਰ ਸਕਦੇ ਹੋ। ਇਹ ਮਿਲੂਗੀ 60,000 ਦੀ, ਤੇ ਹੁਣ ਆਪਾਂ ਤੁਹਾਨੂੰ ਆਹ ਜਰਸੀ ਤੋਰ ਕੇ ਦਿਖਾ ਦਿੰਦੇ ਹਾਂ। ਸੂਆ ਇਹਦਾ ਬਾਈ ਨੇ ਦੂਜਾ ਦੱਸਿਆ, ਤੇ ਬੌਲੀ ਇਹਦੇ ਥੱਲੇ ਹੈਗੀ ਆ, 15 ਕਿਲੋ ਕੱਦ ਹੈਗਾ ਇਹਦਾ, ਚੈੱਕ ਤੋਂ ਵੀ ਵੱਡਾ, ਕਮਾਲ ਆ, ਇਹਨੂੰ ਤੋਰ ਦੇ ਬਾਈ। ਇਹ ਆ ਗਈ ਜਰਸੀ, ਚ ਇਹਦੇ ਨਾਲ ਕਾਫ ਕੀ ਆ ਬਾਈ? ਦੋਹਾਂ ਵਾਂਗ ਬੱਸੀ ਆ ਜੀ, ਦੋਨਾਂ ਨਾਲ ਬੁੱਲ ਨੇ। ਹਾਂਜੀ, ਪ੍ਰੀਤਾ ਕਹਿੰਦਾ ਦੋਨਾਂ ਵਾਂਗ ਦੀ ਬੁੱਲ ਆ ਗਏ, ਰੁੱਤ ਹੁਣ ਬੁੱਲਾਂ ਦੀ ਚੱਲ ਰਹੀ ਆ। ਹੌਲੀ ਤੋਰ, ਹੌਲੀ, ਇੱਥੋਂ ਹੀ ਤੋਰ ਦੇ ਕਮਾਲ ਆ, ਕਮਾਲ ਆ, ਇੱਥੋਂ ਕਮਾਲ ਆ, ਇੱਥੋਂ ਸਾਰੀ ਦਿਖਾ ਨਹੀਂ ਕਰੀ, ਉਹ ਜਦੋਂ ਮੋੜੂਗਾ ਫੇਸ ਕੁਆਲਿਟੀ ਬਾਡੀ ਬੂਡੀ ਤਸੱਲੀ ਕਰਾ ਦੀ ਜਾ ਮੈਂ। ਬੱਚੇ ਤੇ ਆਊਗੀ ਕੋਈ ਗੱਲ ਨਹੀਂ, ਬੋਚ ਕੇ ਆ ਬੱਚੇ ਦਾ ਵਾਵਾ ਕਰਦੀ ਆ ਨਾ। ਹਾਂਜੀ, ਆ ਕੱਦ ਵੱਡਾ ਹੈਗਾ, ਫੁੱਲ ਵੱਡਾ, ਰੰਗ ਰੂਪ ਤੁਹਾਡੇ ਸਾਹਮਣੇ ਆ। 4 ਦਿਨ ਹੋਰ ਕਰੂ ਜੀ, ਫਿਰ ਨਾ ਛੱਡੋ ਤਾਂ ਵੀ ਠੀਕ ਆ ਗੱਲ। ਆਡਰ ਰੱਖਦੀ ਆ ਥੋੜਾ ਜਿਹਾ ਫਿਕਸ, ਤੇ ਬੱਚਾ ਲਾ ਕੇ ਧਾਰਾਂ ਤੁਹਾਨੂੰ ਆਪਾਂ ਇਹਦੀਆਂ ਵੀ ਦਿਖਾ ਦਿੰਦੇ ਮਾਰ ਕੇ, ਨਿਆਣਾ ਇਹ ਵੀ ਲੈਂਦੀ ਆ ਬਾਈ? ਹਾਂਜੀ ਹਾਂਜੀ, ਆ ਲੈ ਛੱਡ ਦੇ ਬੱਚਾ, ਨਿਆਣਾ ਲਾ ਕੇ ਆਪਾਂ ਇਹ ਵੀ ਕਰਾ ਦੇਣਾ ਚੈੱਕ ਤੁਹਾਨੂੰ। ਧਾਰਾਂ ਸੱਜਣੋ ਆਪਾਂ ਤੁਹਾਨੂੰ ਜਰਸੀ ਦਾ ਵੀ ਦਿਖਾ ਦੇਣਾ ਮਾਰ ਕੇ, ਪਿਛਲਿਆਂ ਚ ਵੀ ਮਾਰ ਦੇ ਬਾਈ, ਤੇ ਬਾਕੀ ਪਸਮ ਕੇ ਥਾਣਾ ਜਿਹੜਾ ਥਣ ਬਣਾਇਆ ਜਮਾ ਇਹਨੇ ਟੌਪ ਕੁਆਲਿਟੀ ਦਾ, ਤੇ ਨਾੜਾਂ ਨੂੜਾਂ ਇਹਦੇ ਆਟਾ ਕੱਢਿਆ ਜੀ, ਲਾਲ ਕਰਦੀ ਆ ਜਮਾ ਲਾਲ, ਚਬਾਈ ਚਬੂਈ ਇਹਦੀ, ਓਕੇ ਦੀ ਰਿਪੋਰਟ ਆ, ਖਰਾ ਦੁੱਧ ਹੀ ਦੇ ਦੂ ਇਹਦੀ, ਮੱਝਾਂ ਨਾਲ ਦੀ ਮਾਝੀ ਆ ਇੱਕ ਤਰ੍ਹਾਂ ਦੀ। ਇਹਦੇ ਪੈਸੇ ਕਿੰਨੇ ਲਵਾਂ ਗੁਰਪ੍ਰੀਤ? ਪੈਸੇ ਦਾ 72,000 ਰੁਪਇਆ ਮੰਗਦੇ ਆ ਜੀ, ਬਾਕੀ ਮਾਨਦਾਨ ਕਰ ਦਾਂਗੇ ਇਹਦੇ ਚੋਂ, 72 ਚੋਂ ਕਰ ਦਾਂਗੇ ਮਾਨਦਾਨ। ਥਣ ਦੇਖੋ ਦੁਬਾਰੇ, ਕੈਮਰਾ ਮਾਰਦੇ ਦੇਖ ਕਹੇ ਜਾ ਕੱਢਿਆ, ਤੇ ਥਣ ਬਣਾਇਆ ਕੱਲਾ ਕੱਲਾ, ਤੇ ਆਰਡਰ ਦੀ ਕੁਆਲਿਟੀ ਵੀ ਚੰਗੀ ਆ, ਤੇ ਥਣ ਵੀ ਦੂਰੀ ਤੇ ਲੱਗਿਆ, ਤੇ ਨਸਾਂ ਨੁਸਾਂ ਸੱਜਣੋ ਇਹਦੇ ਆਰਡਰ ਤੇ ਵੀ ਬਹੁਤ ਆ ਗਈਆਂ। ਤੇ ਇਹਦਾ ਮੁੱਲ ਹੈਗਾ ਬਾਈ ਕਹਿੰਦਾ 72,000, 72 ਚੋਂ ਮਾਨਤਾਨ ਆਏ ਗਏ ਸੱਜਣ ਦਾ ਕਰ ਦਾਂਗੇ। ਤੇ ਕੱਦ ਵੱਡਾ ਆ ਗਿਆ ਇਹਦਾ, ਪੂਰਾ ਫੁੱਲ ਵੱਡਾ, ਐਚ ਐਫ ਦੇ ਮੁਕਾਬਲੇ ਆ ਗਿਆ ਤਕਰੀਬਨ, ਜਿਵੇਂ ਐਚ ਐਫ ਆਪਾਂ ਬੱਚੀ ਦੇਖਦੇ ਹਾਂ ਕਾਫੀ ਵੱਡੇ ਕੱਦ ਕਾਠ ਚ। ਹਾਂਜੀ ਹਾਂਜੀ, ਓਡਾ ਕੱਦ ਕਾਠ ਹੀ ਆ ਗਿਆ, ਮਾਨਤਾਨ ਇਹਦੇ ਚ ਹੋ ਜਾਊਗਾ। ਤੇ ਹੁਣ ਆ ਜੋ 3 ਨੰਬਰ ਵਾਲੀ, ਤੇ ਇਹ ਬਾਈ ਸਾਈ ਹਾਲਤ ਜਰਸੀ ਦਾ ਕਰਾਉਂਦਾ। ਹਾਂਜੀ, ਇਹਦਾ ਸੂਆ ਕਿਹੜਾ? ਦੂਜਾ ਹੀ ਆ ਸੂਆ ਤਾਂ ਜੀ, ਸੂਆ ਇਹਦਾ ਵੀ ਦੂਜਾ, ਕਹਿ ਕਿਦਨ ਕੱਢਦੀ ਆ ਬਾਈ? ਥਾਣੇ ਦਾ ਬਾ ਕਮਾਲ ਆ ਜੀ, ਆ ਥਾਣੇ ਨੂੰ ਮੱਝਾਂ ਨਾਲ ਦਾ ਹੀ ਲੱਗਿਆ ਨਾ। ਹਾਂ, ਇਹ 7-8 ਕੁ ਦਿਨ ਲਊਗੀ ਜੀ। ਠੀਕ ਆ ਗੱਲ, ਰੰਗ ਰੁੰਗ ਐ ਬਦਾਮੀ ਆ ਜੀ ਜਮਾ। ਹਾਂ, ਚਵਾਈ ਇਹਦੀ ਹੋਊਗੀ ਰੁਗ ਰੁਗ ਦੀ, ਮੈਸ ਵਾਲਾ ਸਿਸਟਮ ਹੋਊਗਾ ਇਹਦੀ ਚਵਾਈ ਦਾ, ਧੋਰ ਦੋ ਜੀ ਖੋਲ ਕੇ। ਇਹ ਮਾਝੀ ਆ ਇੱਕ ਤਰ੍ਹਾਂ ਦੀ। ਦਿਨ ਕਾ ਕੇ ਕਰ ਦੂ ਗੁਰਪ੍ਰੀਤ? ਦਿਨ ਹਫਤਾ ਦੱਸਿਆ ਜੀ ਇਹਦਾ, ਇੱਕ ਹਫਤੇ ਦੀ ਕੱਚੀ, ਅੱਜ ਹੀ ਆਇਆ ਆਪਣੇ ਕੋਲੇ ਮਾਲ, ਉਹ ਗੱਡੀ ਚੋਂ ਲਾਇਆ, ਉਹਦੀ ਵੀਡੀਓ ਕਰਾਤੀ ਜੀ। ਠੀਕ ਹੈ ਜੀ, ਆਰਡਰ ਅਗਲੇ ਬੰਨੇ ਨੂੰ ਬਣਾਤਾ ਫੁੱਲ, ਤੇ ਹੁਣ ਜਿਹੜੇ ਬਲ ਬੋਲ ਨੇ ਪਛਾਣ ਵਾਲੇ ਬੰਨੇ ਵੀ ਕੱਢੂਗੀ ਪੱਛੀ, ਨਸਲ ਇਹਦੀ ਆ ਗਈ ਸਾਈ ਹਾਲ ਤੇ ਜਰਸੀ ਦਾ ਕ੍ਰੋਸ, ਫੈਟ ਇਹਦੀ ਮੱਝਾਂ ਦੇ ਕਰੀਬ ਕਰੀਬ ਹੀ ਆਊਗੀ, ਜਿਸੇ 0 ਤੋਂ ਪਲੱਸ ਆਊ ਫੈਟ ਜੀ, ਮੱਝਾਂ ਦੇ ਨੇੜ ਤੇੜੀ ਫੈਟ ਆਊ। ਜਿਹੜਾ ਥਾਣ ਲੱਗਿਆ ਇਹਨੂੰ ਸੱਜਣੋ ਮੱਝਾਂ ਦੇ ਨਾਲ ਦਾ ਹੀ ਲੱਗਿਆ ਬਿਲਕੁਲ, ਜਿੱਦਾਂ ਜਿੱਦਾਂ ਇਹ ਆਰਡਰ ਬਣਾਊਗੀ ਉਦਾਂ ਉਦਾਂ ਜਿਹੜਾ ਥਾਣਾ ਦਾ ਗੈਪ ਆ, ਗੈਪ ਵੀ ਵਧਾਉਂਦੀ ਜਾਊ, ਤੇ ਪਛਾਣ ਵਾਲੇ ਬੰਨੇ ਵੀ ਆਰਡਰ ਕਾਫੀ ਬਣਾਊ, ਅੱਗੇ ਪਿੱਛੇ ਦਾ ਆਰਡਰ ਰੱਖੂਗੀ। ਇਹਦੇ ਪੈਸੇ ਕਿੰਨੇ ਲਵਾਂਗੇ ਬਾਈ? ਇਹਦਾ 60,000 ਇਹਦਾ ਲੈ ਲਾਂਗੇ, ਇਹਦਾ ਬਾਈ ਕਹਿੰਦਾ ਲੈ ਲਾਂਗੇ 60, ਤੇ 60 ਚੋਂ ਮਾਨਤਾਨ ਕਰ ਲਾਂਗੇ, ਕੋਈ ਗੱਲ ਨੀ, ਘਰੇ ਆਏ ਨੂੰ ਮੋੜ ਦੇ, ਜੇ ਕਿਸੇ ਸੱਜਣ ਨੇ ਜੋੜਾ ਜੋੜਾ ਲੈਣਾ ਹੋਇਆ ਕੋਈ ਗੱਲ ਨੀ, ਮਾਨਤਾਨ ਵਧੀਆ ਕਰਾਂਗੇ ਉਹਦਾ ਜੀ, ਜੋੜੇ ਜੋ ਵੀ ਇਹੋ ਜਿਹਾ ਕਨਸੈਸ਼ਨ ਕਰ ਦਿਆਂਗੇ, ਪਹੁੰਚ ਪੂੰਚ ਕਰਾ ਦਿਆਂਗੇ। ਠੀਕ ਹੈ ਗੱਲ, ਨੰਬਰ ਬੋਲ ਦਿਓ ਜੀ। 97-96-0-85। ਇੱਕ ਵਾਰੀ ਹੋਰ ਬੋਲੋ, 97-96-0-85। ਆ ਪਿੰਡ ਧੌਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਜਿਹੜੇ ਸੱਜਣ ਨੂੰ ਇਹਨਾਂ ਤਿੰਨਾਂ ਚੋਂ ਕੋਈ ਵੀ ਬੱਚੀ ਪਸੰਦ ਆਊਗੀ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ। ਧੰਨਵਾਦ ਜੀ।